ਤੁਹਾਨੂੰ ਮੈਂ 82 ਦੇ ਵਿੱਚ ਜਿਹੜਾ ਉਹ ਪਿੱਛੇ ਲੈ ਜਾਂਦਾ ਕਿ ਜਦੋਂ 4 ਅਗਸਤ 1982 ਨੂੰ ਅਕਾਲੀ ਪਾਰਟੀ ਵੱਲੋਂ ਧਰਮਯੁੱਧ ਨਾਂ ਰੱਖ ਕੇ ਅਨੰਦਪੁਰ ਪ੍ਰਸਤਾਵ ਨੂੰ ਆਧਾਰ ਮੰਨ ਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਕੇ ਮੋਰਚਾ ਲਾਇਆ ਸੀ। ਉਹ ਜਿਹੜਾ ਮੋਰਚਾ ਸੀ ਅਨੰਦਪੁਰ ਪ੍ਰਸਤਾਵ, ਅਨੰਦਪੁਰ ਨਾਂ ਉਹਦਾ ਤਾਂ ਸੀ ਕਿ ਉਹ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਲਿਖਿਆ ਗਿਆ ਅਤੇ ਉਹ ਦੇ ਵਿੱਚ ਅਨੰਦਪੁਰ ਪ੍ਰਸਤਾਵ ਦੇ ਵਿੱਚ ਲਿਖਿਆ ਕੀ ਸੀ? ਉਹ 'ਚ ਇਹ ਸੀ ਕਿ ਜਿਸ ਤਰ੍ਹਾਂ 4-5 ਮਹਿਕਮੇ ਜਿਹੜੇ ਨੇ, ਰੇਲਵੇ, ਕਰੰਸੀ, ਆਰਮੀ ਅਤੇ ਵਿਦੇਸ਼ ਨੀਤੀ ਆਦਿ ਨੂੰ ਛੱਡ ਕੇ ਅਤੇ ਬਾਕੀ ਸਾਰੇ ਅਧਿਕਾਰ ਜਿਹੜੇ ਨੇ ਉਹ ਸੂਬਿਆਂ ਨੂੰ ਦਿੱਤੇ ਜਾਣ। ਜਿਹੜੀ 1982 ਦੇ ਵਿੱਚ ਉਸ ਟਾਈਮ ਦੇ ਉੱਤੇ ਅਕਾਲੀ ਪਾਰਟੀ ਵੱਲੋਂ ਮੰਗ ਰੱਖੀ ਗਈ ਸੀ, ਉਹ 'ਤੇ ਅੱਜ ਤੁਸੀਂ ਵੇਖੋ ਵੀ ਕਰਨਾਟਕਾ ਵਗੈਰਾ ਜਿਹੜੇ ਨੇ ਉਹ ਸਾਰੇ ਆ ਗਏ। ਅਤੇ ਮੈਂ ਉਸ ਵਕਤ ਦਸ਼ੰਤ ਜੀ ਨੂੰ ਕਿਹਾ, ਮੈਂ ਕਿਹਾ ਵੀ ਦਸ਼ੰਤ ਜੀ, ਉਸ ਟਾਈਮ ਦੇ ਉੱਤੇ ਵੀ ਉਹ ਜਿਹੜਾ ਅਨੰਦਪੁਰ ਪ੍ਰਸਤਾਵ ਸੀ ਉਹਦੇ ਵਿੱਚ ਜਿਹੜੀਆਂ ਮੰਗਾਂ ਸੀ ਨਾ, ਉਹ ਇਕੱਲੇ ਪੰਜਾਬ ਦੀਆਂ ਨਹੀਂ ਸੀ, ਉੱਥੇ ਪੂਰੇ ਦੇਸ਼ ਦੇ ਜਿਹੜੇ ਪ੍ਰਦੇਸ਼ ਨੇ ਉਹਨਾਂ ਦੇ ਅਧਿਕਾਰਾਂ ਦੀ ਗੱਲ ਸੀ। ਲੇਕਿਨ ਹੋਇਆ ਕਿ ਉਸ ਟਾਈਮ 'ਤੇ ਸਾਡੀ ਜਿਹੜੀ ਅਕਾਲੀ ਲੀਡਰਸ਼ਿਪ ਸੀ ਉਹ ਕਿਸੇ ਵੀ ਕਾਰਨ ਦੇਸ਼ ਦੇ ਬਾਕੀ ਰਾਜਨੀਤਿਕ ਲੋਕਾਂ ਨੂੰ ਨਾਲ ਨਹੀਂ ਲੈ ਸਕੇ ਅਤੇ ਮੋਰਚਾ ਲਾਤਾ ਇਕੱਲਿਆਂ ਨੇ, ਨਾ ਰੱਖਤਾ ਉਹਦਾ ਧਰਮਯੁੱਧ, ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕੀਤੀ। ਹੁਣ ਸਿੱਖ ਜਿਹੜਾ ਜਦੋਂ ਵੀ ਕੋਈ ਕੰਮ ਕਰਦਾ ਤਾਂ ਉਹ ਅਰਦਾਸ ਕਰਦਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਲਾਤਾ ਅਤੇ ਉਹਦੇ ਵਿੱਚ ਸਾਨੂੰ ਬਦਨਾਮ ਕੀਤਾ ਗਿਆ ਵੀ ਇਹ ਤਾਂ ਜੀ ਇਹਨਾਂ ਨੇ ਜਿਹੜਾ ਇਹ ਖਾਲਿਸਤਾਨੀ ਨੇ, ਇਹ ਦੇਸ਼ ਦੇ ਟੁਕੜੇ ਕਰ ਦੇਣਗੇ, ਅਨੰਦਪੁਰ ਪ੍ਰਸਤਾਵ ਨੂੰ ਮੰਨ ਲਿਆ ਅਤੇ ਇਹ ਤਾਂ ਬਸ ਦੇਸ਼ ਟੁਕੜੇ ਟੁਕੜੇ ਹੋ ਜਾਏਗਾ। ਉਹੀ ਅਨੰਦਪੁਰ ਪ੍ਰਸਤਾਵ ਅੱਗੇ ਜਾ ਕੇ ਉਹਨਾਂ ਨੇ ਉਹਨੂੰ ਉੱਤੇ ਕਮਿਸ਼ਨ ਨੂੰ ਸੌਂਪਿਆ ਜਾਂਦਾ, ਉੱਤੇ ਕਮਿਸ਼ਨ ਬਣਾਏ ਜਾਂਦੇ ਨੇ। ਲੇਕਿਨ ਉਸ ਟਾਈਮ ਦੇ ਉੱਤੇ ਉਸ ਅਨੰਦਪੁਰ ਪ੍ਰਸਤਾਵ ਨੂੰ ਆਧਾਰ ਜਿਹੜਾ ਸੀ ਉਹਨੂੰ ਇੱਕ ਭੰਡੀ ਪ੍ਰਚਾਰ ਕਰਨ ਲਈ, ਪੰਜਾਬ ਦੇ ਉੱਤੇ ਪੰਜਾਬ ਦਾ ਕਾਣ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕੀਤਾ ਗਿਆ। ਕਿਸ ਤਰੀਕੇ ਨਾਲ ਕੋਹ ਕੋਹ ਕੇ ਜਿਹੜੇ ਸੀ ਉਹ ਸਾਡੇ ਸਿੱਖਾਂ ਨੂੰ ਜਿਹੜਾ ਸੀ ਉਹ ਮਾਰਿਆ। ਨਵੰਬਰ 84 ਜਿਹੜਾ ਵਰਤਿਆ ਉਹ ਵੀ ਉਹਦੇ ਬਦੌਲਤ ਵਰਤਿਆ। ਸੋ ਮੈਂ ਕਿਹਾ ਵੀ ਇਹ ਦੁਬਾਰਾ ਫਿਰ ਉਹੀ ਚੀਜ਼ ਲੈ ਕੇ, ਉਦੋਂ ਜਿਸ ਤਰ੍ਹਾਂ ਕਾਂਗਰਸ ਨੇ ਜਿਹੜਾ ਸੀ ਸਿੱਖਾਂ ਨੂੰ ਬਦਨਾਮ ਕਰਕੇ ਅਤੇ ਟੈਂਕਾਂ ਤੋਪਾਂ ਨਾਲ ਸਾਡੇ ਧਾਰਮਿਕ ਸਥਾਨ ਢਾਹ ਕੇ ਅਤੇ ਨਿਹੱਥੇ ਲੋਕਾਂ ਨੂੰ ਵੀ ਜਿਹੜਾ ਮਾਰਿਆ ਗਿਆ ਲੰਬਾ ਸਮਾਂ ਲੜ ਦਿੱਤੀ, ਅਤੇ ਅੱਜ ਉਸੇ ਹੀ ਤਰਜ਼ ਦੇ ਉੱਤੇ BJP ਜਿਹੜੀ ਆ ਉਹ ਪੰਜਾਬ ਨੂੰ ਬਦਨਾਮ ਕਰਕੇ ਅਤੇ ਸਾਰਾ ਕਰਨ ਦੀ ਆ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਰਪਾ ਕਰੋ, ਤੁਸੀਂ ਇੱਕ ਉੱਚ ਕੋਟੀ ਦੇ ਵਕੀਲ ਜੀ, ਦੂਸਰਾ ਤੁਹਾਡਾ ਹਿੰਦੂ ਚਿਹਰਾ ਹੈ, ਅਤੇ ਤੁਸੀਂ ਸਾਡੀ ਉਸ ਸਟੇਜ 'ਤੇ ਆਓ ਅਤੇ ਲੋਕਾਂ ਨੂੰ ਜਿਹੜਾ ਉਹ ਤੁਸੀਂ ਦੱਸੋ ਅਤੇ ਲੋਕ ਜਿਹੜੇ ਨੇ ਇਸ ਚੀਜ਼ ਦੇ ਨਾਲ ਸਾਨੂੰ ਸਹਿਯੋਗ ਦੇਣਗੇ। ਅਤੇ ਫਿਰ ਮੈਂ ਇਹ ਵੀ ਕਿਹਾ ਕਿ ਅਸੀਂ ਦੇਸ਼ ਦੇ ਬਾਕੀ ਜਿਹੜੇ ਕਿਸਾਨ ਨੇ ਉਹਨਾਂ ਨੂੰ ਵੀ ਨਾਲ ਲਿਆ। ਸੋ ਇਸ ਚੀਜ਼ ਤੋਂ ਬੜੇ ਪ੍ਰਭਾਵਿਤ ਹੋਏ ਅਤੇ ਉਹ ਸਾਡੇ ਕੋਲ ਉੱਥੇ ਸਟੇਜ 'ਤੇ ਵੀ ਆਏ ਅਤੇ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਬਿਨਾਂ ਪੈਸਿਆਂ ਤੋਂ ਸਾਡੀ ਜਿਹੜੀ ਸੀ ਉੱਥੇ ਸਪੋਰਟ ਕੀਤੀ। ਸੋ ਇਹ ਅੱਜ ਨਹੀਂ ਗਈ ਗੱਲ, ਇਹ ਕਈ ਉਦੋਂ ਇੰਦਰਾ ਗਾਂਧੀ ਨੇ ਜਿਹੜੀ ਸੀ ਉਦੋਂ ਸਿੱਖ ਕੌਮ ਨੂੰ ਬਦਨਾਮ ਕਰਕੇ, ਪੰਜਾਬ ਨੂੰ ਬਦਨਾਮ ਕਰਕੇ ਅਤੇ ਜਿਹੜਾ ਸੀ ਉਹ ਕਾਣ ਕੀਤਾ ਵੀ ਚਲੋ ਇਹ ਮਾਰਦਾ ਅਤੇ ਬਾਕੀ ਸਾਰੇ ਦੇਸ਼ ਦੇ ਲੋਕਾਂ ਦੀ ਹਮਦਰਦੀ ਲੈ ਲਈ। ਤੁਸੀਂ ਇਹ ਵੇਖੋ ਕਿ ਜਿੰਨਾ ਬਹੁਮਤ ਉਸ ਟਾਈਮ 'ਤੇ ਰਾਜੀਵ ਗਾਂਧੀ ਨੂੰ ਮਿਲਿਆ ਉਹਨਾਂ ਨਾ ਨਹਿਰੂ ਨੂੰ ਮਿਲਿਆ ਸੀ ਜਦੋਂ ਦੇਸ਼ ਆਜ਼ਾਦ ਹੋਇਆ, ਅਤੇ ਨਾ ਹੀ ਉਸ ਤੋਂ ਬਾਅਦ ਕਦੇ ਰਾਜੀਵ ਗਾਂਧੀ ਦੀ ਮਾਤਾ ਜਿਹੜੀ ਮਹਿਰੂਮ ਇੰਦਰਾ ਗਾਂਧੀ ਸੀ ਨਾ ਕਦੇ ਉਹਨੂੰ ਮਿਲਿਆ ਸੀ। ਸੋ ਉਹ ਕੇਵਲ ਅਤੇ ਕੇਵਲ
ਪੰਜਾਬ ਨੂੰ ਇੱਕ ਨਿਸ਼ਾਨਾ ਬਣਾ ਕੇ, ਖਾਸ ਕਰਕੇ ਸਿੱਖ ਕੌਮ ਨੂੰ। ਅਤੇ ਹੁਣ ਵੀ ਜਿਹੜਾ ਇਹ ਅੰਦੋਲਨ ਹੈ ਇਹਦੇ ਵਿੱਚ ਜਿਹੜਾ ਅੱਗੇ ਚੱਲਿਆ 2020 ਦੇ ਵਿੱਚ, ਉਹਦੇ ਵਿੱਚ ਵੀ ਚਾਰ ਸਵੇਰੇ ਬਾਰਡਰਾਂ 'ਤੇ ਜਿਹੜੀ ਦਿੱਖ ਸੀ ਨਾ ਉਹ ਜ਼ਿਆਦਾ ਸਿੱਖਾਂ ਦੀ ਸੀ। ਅਤੇ ਇਸ ਕਰਕੇ ਇਹ ਸਿੱਖਾਂ ਨੂੰ ਬਦਨਾਮ ਕਰਕੇ ਅਤੇ ਪੰਜਾਬ ਨੂੰ ਬਦਨਾਮ ਕਰਕੇ ਜਿਹੜਾ ਉਹ ਸਾਰਾ ਨਿਸ਼ਾਨਾ ਮਿਲਿਆ। ਤਾਂ ਹੀ ਤਾਂ ਇਹਨਾਂ ਨੇ ਪੰਜਾਬ ਤੋਂ ਅੱਗੇ ਹਰਿਆਣੇ ਦੇ ਵਿੱਚ ਜਾਣ ਹੀ ਨਹੀਂ ਦਿੱਤਾ। ਅਤੇ ਉਹ ਸਿਰਫ ਇੱਕ ਲੋਕਾਂ ਨੂੰ ਇਹ ਵਿਖਾਇਆ ਜਾਏਗਾ ਕਿ ਇਹ ਜਿਹੜੇ ਸਿੱਖ ਨੇ ਇਹ ਦੇਸ਼ ਦੇ ਟੁਕੜੇ ਟੁਕੜੇ ਕਰਨਾ ਚਾਹੁੰਦੇ ਨੇ, ਇਹ ਖਾਲਿਸਤਾਨ ਦੀ ਮੰਗ ਕਰਦੇ ਨੇ, ਫਲਾਣਾ ਕਰਦੇ ਨੇ। ਸੋ ਜਿਸ ਤਰ੍ਹਾਂ ਪਹਿਲਾਂ ਉਸ ਵਕਤ ਇੰਦਰਾ ਗਾਂਧੀ ਨੇ ਕੀਤਾ ਸੀ ਉਹੀ ਮੋਦੀ ਕਰ ਰਿਹਾ। ਅਤੇ ਮੈਨੂੰ ਇਹ ਸ਼ੱਕ ਹੈ ਕਿ ਇਹ ਜੇਕਰ ਸਾਡੇ ਜਿਸ ਤਰ੍ਹਾਂ ਨੌਜਵਾਨ ਜਿਹੜੇ ਨੇ ਉਹ ਬਹੁਤ ਕਾਹਲੀ ਨੇ, ਅਤੇ ਸਾਡੇ ਆਗੂ ਦੇ ਵਿੱਚ ਵੀ ਇੱਕ ਮਜਬੂਰੀ ਆ ਗਈ ਕਿ ਇਹ ਦਿੱਲੀ ਜਾਣਾ ਹੈ। ਹੁਣ ਠੀਕ ਹੈ ਦਿੱਲੀ ਜਾਣਾ, ਅਸੀਂ ਵਾਪਸ ਤਾਂ ਜਾ ਨਹੀਂ ਰਹੇ, ਪਰ ਜੇ ਅਸੀਂ ਇਹ ਮੋਰਚਾ ਇੱਥੇ ਜਮਾ ਕੇ ਰੱਖਦੇ ਹਾਂ ਅਤੇ ਇਹ ਕੰਧਾਂ 'ਤੇ ਇਹਨਾਂ ਨੇ ਆਪ ਕੱਢੀਆਂ ਨੇ ਸੜਕਾਂ ਦੇ ਵਿੱਚ, ਪੂਰੀ ਦੁਨੀਆ ਦੇ ਚਿਮਟੀ ਹੋਈ, ਹੁਣ ਸਰਕਾਰ ਨੇ ਤਾਂ ਕੰਧਾਂ ਕੱਢ ਦੀਆਂ ਅਤੇ ਹਾਈ ਕੋਰਟ ਹੈ, ਸੁਪਰੀਮ ਕੋਰਟ ਨੇ, ਸਾਡੀਆਂ ਉੱਚ ਅਦਾਲਤਾਂ ਨੇ, ਅਤੇ ਉਹਨਾਂ ਦੇ ਵਿੱਚ ਕੇਸ ਵੀ ਚੱਲ ਰਹੇ ਨੇ। ਸਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਸਰਕਾਰ ਨੇ ਤਾਂ ਜਿਹੜਾ ਹੈ ਉਹ ਰੋਕਾਂ ਲਾ ਤੀ, ਅਤੇ ਮਾਣਯੋਗ ਜਿਹੜੀਆਂ ਕੋਰਟਾਂ ਨੇ ਉਹ ਸਾਡੇ ਬਾਰੇ ਕੀ ਸੋਚਦੀਆਂ ਨੇ। ਸੋ ਇਸ ਕਰਕੇ ਇਹ ਮੋਰਚਾ ਜਿਹੜਾ ਹੈ ਸ਼ਾਂਤਮਈ ਰੱਖਣ ਦੀ ਜ਼ਰੂਰਤ ਹੈ। ਜੇ ਸ਼ਾਂਤਮਈ ਰੱਖਾਂਗੇ ਤਾਂ ਜਿੱਤਾਂਗੇ, ਨਹੀਂ ਤਾਂ ਮੈਨੂੰ ਐਂ ਲੱਗਦਾ ਵੀ ਜੇ ਇਸ ਮੋਰਚੇ ਦੇ ਵਿੱਚ ਕੋਈ ਹਿਲਜਲ ਹੁੰਦੀ ਹੈ ਤਾਂ ਫਿਰ ਮੋਦੀ ਸਰਕਾਰ ਜਿਹੜੀ ਆ ਇਹ ਸਾਡਾ ਪੰਜਾਬ ਦਾ ਘਾਣ ਕਰਾ ਕੇ ਉਹ 200-400 ਮਰਵਾ ਕੇ ਅਤੇ ਜਿਹੜਾ ਬਾਕੀ ਦੇਸ਼ ਦੇ ਲੋਕਾਂ ਦੀਆਂ ਜਿਹੜੀਆਂ ਵੋਟਾਂ ਪ੍ਰਾਪਤ ਕਰੇਗੀ, ਇਹ ਲੱਗਦਾ। ਦਿੱਲੀ ਜਾਣ ਦਾ ਜੋ 21 ਤਰੀਕ ਦਾ ਡੱਲਿਆ ਸਾਹਿਬ ਵੱਲੋਂ ਪ੍ਰਪੋਜ਼ਲ ਰੱਖਿਆ ਗਿਆ, ਸਾਹਮਣੇ ਸਾਰੇ ਆਗੂਆਂ ਵੱਲੋਂ ਹੀ ਰੱਖਿਆ ਗਿਆ ਕਿ 11 ਤਰੀਕ ਨੂੰ ਦਿੱਲੀ ਕੂਚ, 21 ਤਰੀਕ ਨੂੰ ਦਿੱਲੀ ਕੂਚ ਕੀਤਾ ਜਾਊਗਾ, ਕਿਵੇਂ ਵੇਖ ਰਹੇ ਹੋ ਉਸ ਚੀਜ਼? ਦੇਖੋ ਉਹ ਤਾਂ ਜਿਸ ਤਰ੍ਹਾਂ ਹੁਣ ਸਾਰਿਆਂ ਦੀ ਮਰਜ਼ੀ ਹੈ ਨਾ, ਵੀ ਸਾਰਿਆਂ ਦੇ ਵਿੱਚ ਨਾਲ ਹੈ, ਮੈਂ ਇਕੱਲਾ ਨਹੀਂ। ਇਹ ਤਾਂ ਸਿਰਫ ਇੱਕ, ਮੈਂ ਇੱਕ ਤੁਹਾਨੂੰ ਗੱਲ ਦੱਸੀ ਹੈ ਕਿ ਇਹ ਪਹਿਲਾਂ ਵੀ ਹੋ ਚੁੱਕਾ ਹੈ, 84 ਦੇ ਵਿੱਚ ਵੀ ਹੋ ਗਿਆ, ਅਤੇ ਦੂਜੀ ਵਾਰ ਇਹ ਜਿਹੜਾ ਉਹਨਾਂ ਨੇ ਫਿਰ ਰਚਿਆ ਸੀ ਉਸ ਟਾਈਮ ਦੇ ਉੱਤੇ ਸ਼ਡਿੰਤਰ, ਜਦੋਂ 20 ਦੇ ਵਿੱਚ ਅਸੀਂ ਆਏ ਹਾਂ ਅਤੇ ਉਦੋਂ ਜਦੋਂ ਸਾਨੂੰ ਬਦਨਾਮ ਕਰਨਾ ਸ਼ੁਰੂ ਕੀਤਾ, ਅਤੇ ਹਰਿਆਣੇ ਦੇ ਭਾਈਚਾਰੇ ਨੇ ਜਿਹੜਾ ਸੀ ਇੱਕ ਠੋ ਠੋ ਕੇ ਗੱਲ ਕਹੀ ਸੀ ਹਿੰਦੂ ਭਾਈਚਾਰੇ ਨੇ ਕਿ ਜੇ ਇਹ ਖਾਲਿਸਤਾਨੀ ਤਾਂ ਅਸੀਂ ਵੀ ਖਾਲਿਸਤਾਨੀ ਹਾਂ, ਅਤੇ ਉਸ ਟਾਈਮ ਦੇ ਉੱਤੇ ਜਿਹੜਾ ਸੀ ਉਹ ਮੈਸੇਜ ਬੜਾ ਵੱਡਾ ਗਿਆ ਸੀ ਦੁਨੀਆ ਦੇ ਵਿੱਚ, ਅਤੇ ਹੁਣ ਵੀ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਜਾਏਗਾ। ਸੋ ਜੋ ਫੈਸਲਾ ਸਾਰੇ ਆਗੂਆਂ ਨੇ ਕਰਨਾ, ਫੈਸਲਾ ਤਾਂ ਉਹੀ ਹੋਣਾ। ਅਖੀਰ ਦੇ ਵਿੱਚ ਹੁਣ ਤੁਸੀਂ ਹੋਸਪਿਟਲ ਤੋਂ ਆਏ ਹੋ, ਕਿ ਹੁਣ ਬਾਰਡਰ 'ਤੇ ਜਾਊਂਗੇ ਜਾਂ ਘਰ ਜਾ ਕੇ ਰੈਸਟ ਕਰੋਗੇ, ਕੀ ਕਰ ਰਹੇ ਹੁਣ ਅਖੀਰਲਾ? ਘਰ ਦਾ ਕੀ ਮਤਲਬ ਹੈ, ਅਸੀਂ ਦਿੱਲੀ ਜਾਣ ਵਾਸਤੇ ਆਏ ਹਾਂ, ਅਤੇ ਜਿੰਨਾ ਚਿਰ ਮੇਰਾ ਸਰੀਰ ਚੱਲਦਾ ਹੈ ਉਨਾ ਚਿਰ ਇਸ ਤਰ੍ਹਾਂ ਮੈਂ ਕਰ ਨਹੀਂ ਜਾਂਦਾ। ਇਹ ਠੀਕ ਹੈ ਕਿ ਅੱਖ ਜਿਹੜੀ ਆ ਉਹ ਕਾਫੀ ਮਤਲਬ ਕਿ ਆ ਜਿਹੜੀ ਆ ਇਹਦੇ 'ਚ ਜ਼ਖਮ ਹੋ ਗਏ ਨੇ, ਅਤੇ ਆ ਦੂਜੀ ਜਿਹੜੀ ਆ ਉਹ ਵੀ ਨਹੀਂ ਉਗੜਦੀ, ਲੇਕਿਨ ਇਹ ਗੱਲ ਨਹੀਂ ਹੈ ਕਿ ਮੈਂ ਘਰ ਜਾਵਾਂਗਾ, ਮੈਂ ਬਾਰਡਰ 'ਤੇ ਜਾ ਰਿਹਾ। ਤਾਂ ਇਹ ਸਨ ਸਾਡੇ ਨਾਲ ਬਲਦੇਵ ਸਿੰਘ ਸਿਰਸਾ, ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ। ਅਤੇ ਅੱਜ ਜਿਸ ਤਰੀਕੇ ਨਾਲ ਉਹਨਾਂ ਦੇ ਜੋ ਇੱਕ ਅੱਖ ਖਰਾਬ ਹੋ ਚੁੱਕੀ ਹੈ ਅਤੇ ਹੁਣ ਇਲਾਜ ਚੱਲ ਰਿਹਾ, ਤਾਂ ਨਾਲ ਹੀ ਉਹਨਾਂ ਵੱਲੋਂ ਕਿਹਾ ਕਿ ਹੁਣ ਘਰ ਨਹੀਂ ਜਾਵਾਂਗੇ, ਬਾਰਡਰ 'ਤੇ ਜਾਵਾਂਗੇ ਅਤੇ ਹੱਕਾਂ ਦੀ ਲੜਾਈ ਲੜਾਂਗੇ।